ਬਹੁਤ ਸਾਰੀ ਬਲੈਸਿੰਗ, ਬਹੁਤ ਸਾਰੇ ਆਸ਼ੀਰਵਾਦ ਹੰਸ ਭਾਅ ਜੀ ਵੱਲੋਂ ਔਰ ਸੰਗਤ ਵੱਲੋਂ, ਬਹੁਤ ਸਾਰਾ ਪਿਆਰ ਆਇਆ, ਸ਼ੁਕਰਗੁਜ਼ਾਰ ਹਾਂ। ਲੈ ਵੀ ਸਾਧ ਸੰਗਤ ਇੱਕ ਤਾੜੀ ਵਜਾਓ ਜਰਾ ਦੱਬ ਕੇ, ਇਹ ਫਕੀਰਾਂ ਦੀ ਹਾਜ਼ਰੀ ਹੋ ਗਈ ਹੈ, ਹੁਣ ਤੁਹਾਡੀ ਹਾਜ਼ਰੀ ਆ ਲਾਉਣ ਲੱਗਾ ਮੈਂ, ਤੁਹਾਡੇ ਨਾਲ ਗੱਲ ਕਰਨ ਲੱਗਾ ਮੈਂ। ਕੰਡੇ ਜਿੰਨੇ ਹੋਣ ਤਿੱਕੇ, ਇਹ ਸੰਗਤ ਦੀ ਮੁਹੱਬਤ ਹੈ। ਜੇ ਕੋਈ ਬੰਦਾ ਮਾਈਕ 'ਤੇ ਬਹਿ ਕੇ ਗੱਲ ਕਰ ਲਵੇ, ਇਹ ਮੁਹੱਬਤ ਹੈ ਤੁਹਾਡੀ। ਮੈਂ ਅਕਸਰ ਕਹਿੰਦਾ ਹੁੰਦਾ ਕਿ ਜੋ ਬਾਤ ਦਵਾ ਸੇ ਨਹੀਂ ਹੋਤੀ, ਉਹ ਬਾਤ ਦੁਆ ਸੇ ਹੋਤੀ ਹੈ। ਜੋ ਬਾਤ ਦਵਾ ਸੇ ਨਹੀਂ ਹੋਤੀ, ਵੋ ਬਾਤ ਦੁਆ ਸੇ ਹੋਤੀ ਹੈ। ਜਬ ਕਾਮਲ ਮੁਰਸ਼ਦ ਮਿਲ ਜਾਏ, ਫਿਰ ਬਾਤ ਖੁਦਾ ਸੇ ਹੋਤੀ ਹੈ। ਸਾਧ ਸੰਗਤ, ਮੈਂ ਪਿੱਛੇ ਜਿਹਾ ਬਿਮਾਰ ਹੋ ਗਿਆ 2 ਸਾਲ ਪਹਿਲਾਂ, ਬੜੀਆਂ ਅਫਵਾਹਾਂ ਉੱਡੀਆਂ, ਕਈਆਂ ਨੇ ਇਹ ਕਹਿਤਾ ਜੀ ਉਹ ਤਾਂ ਵੀਲਚੇਅਰ 'ਤੇ ਹੈ। ਇੱਕ ਬੰਦੇ ਦਾ ਮੈਨੂੰ ਫੋਨ ਆ ਗਿਆ, ਮੈਂ ਆਪਣੇ ਘਰ ਅਖਬਾਰ ਪੜ੍ਹੀ ਜਾਵਾਂ, ਕਹਿੰਦੇ ਬਾਬਾ ਜੀ ਠੀਕ ਹੋ? ਮੈਂ ਕਿਹਾ ਹਾਂ, ਮੈਨੂੰ ਕਿਹੜੀ ਪਿੱਤ ਨਿਕਲੀ ਹੈ, ਠੀਕ ਹੀ ਹਾਂ। ਕਹਿੰਦੇ ਮੈਨੂੰ ਕਿਸੇ ਦਾ ਫੋਨ ਆਇਆ ਸਾਬਰਕੋਟ ਪੂਰਾ ਹੋ ਗਿਆ। ਮੈਂ ਕਿਹਾ ਮੈਂ ਤਾਂ 1986 'ਚ ਪੂਰਾ ਹੋ ਗਿਆ ਜਦੋਂ ਗੁਰੂ ਵਾਲਾ ਹੋਇਆ। ਸਾਧ ਸੰਗਤ, ਗੁਰੂ ਹੀ ਪੂਰਾ ਕਰ ਸਕਦਾ, ਵੈਸੇ ਸਾਰੇ ਅਧੂਰੇ ਹੀ ਹੈ। ਕਾਮਲ ਮੁਰਸ਼ਦ ਤੋਂ ਬਗੈਰ ਕੋਈ ਪੂਰਾ ਕਰਨ ਵਾਲੀ ਤਾਕਤ ਹੈ ਨਹੀਂ ਦੁਨੀਆ ਦੇ ਅੰਦਰ। ਕਈ ਬੰਦੇ ਐਸੇ ਜਿਨ੍ਹਾਂ ਨੇ ਪਤਾ ਨਹੀਂ ਕੀ ਕਿਹਾ ਮੇਰੇ ਬਾਰੇ, ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਉਹ ਕਮਜ਼ੋਰ ਤਾਂ ਹੋ ਗਿਆ, ਉਹ ਤਾਂ ਚਿੱਟਾ ਬਹੁਤ ਪੀਂਦਾ। ਉਹ ਮੈਂ ਕਿਹਾ ਕੋਈ ਸ਼ਰਮ ਕਰ ਭਰਾਵਾ, ਮੈਂ ਤਾਂ ਕਦੇ ਖੱਟਾ ਵੀ ਨਹੀਂ ਪੀਤਾ, ਵੇਖਿਆ ਵੀ ਨਹੀਂ ਜ਼ਿੰਦਗੀ 'ਚ। ਸਾਧ ਸੰਗਤ ਜੀ, ਵਾਜਾ ਪਿਆ ਮੇਰੇ ਕੋਲ, ਮੈਨੂੰ ਅੱਜ ਤੱਕ ਨਹੀਂ ਪਤਾ ਚਿੱਟਾ ਹੁੰਦਾ ਕੀ ਹੈ। ਅਖਬਾਰਾਂ 'ਚ ਜ਼ਰੂਰ ਪੜ੍ਹੀਦਾ, ਪਰ ਇੱਕ ਐਸੇ ਪਿਆਰ ਕਰਨ ਵਾਲੇ ਲੋਕ ਹੈ ਜਿਹੜੇ ਕਦੇ ਬੈਠੇ ਵੀ ਨਹੀਂ ਲੱਗੇ ਆ ਕੇ ਉਹ ਗੱਲਾਂ ਬਣਾਈ ਜਾਂਦੇ। ਦੁਆ ਕਰੋ ਕਿ ਮਾਲਕ ਉਹਨਾਂ ਨੂੰ ਬੁੱਧੀ ਦੇਵੇ, ਬਈ ਇੱਦਾਂ ਦੀ ਗੱਲ ਨਹੀਂ ਕਰਨੀ ਚਾਹੀਦੀ। ਮੈਂ ਠੀਕ ਠਾਕ ਹਾਂ, ਤੁਹਾਡੇ ਸਾਹਮਣੇ ਬਹਿ ਕੇ ਗਾ ਰਿਹਾ, ਐਵੇਂ ਵੀਲਚੇਅਰ 'ਤੇ ਪਾ ਦਿੰਦੇ ਮੈਨੂੰ। ਸੋ ਇਹ ਤੁਹਾਡੀਆਂ ਦੁਆਵਾਂ ਦਾ ਅਸਰ ਹੈ ਸਾਧ ਸੰਗਤ ਜੀ, ਨਹੀਂ ਤਾਂ ਮੈਂ ਤਾਂ ਸੱਚੀ ਮੁੱਚੀ ਇੱਕ ਦਿਨ ਆਪਣੀ ਵਾਈਫ ਨੂੰ ਕਹਿਤਾ ਸੀ, ਭਾਈ ਮੈਂ ਚੱਲਿਆ, ਬੱਚੇ ਵੇਖ ਲਏ। ਉਹ ਕਹਿੰਦੀ ਇੱਦਾਂ ਨਹੀਂ ਜਾਣ ਦਿੰਦੀ ਮੈਂ, ਸਾਰੀ ਦੁਨੀਆ ਦੀਆਂ ਦੁਆਵਾਂ ਨੇ ਤੁਹਾਡੇ ਨਾਲ, ਫਕੀਰਾਂ ਦਾ ਆਸ਼ੀਰਵਾਦ ਹੈ, ਤੁਹਾਨੂੰ ਕੁਛ ਨਹੀਂ ਹੋ ਸਕਦਾ। ਅਤੇ ਸਾਧ ਸੰਗਤ, ਕੁਛ ਵੀ ਨਹੀਂ ਹੋਇਆ। ਔਰ ਜਿਹੜੇ ਲੋਕ ਅਫਵਾਹਾਂ ਜੀਆਂ ਉਡਾਉਂਦੇ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ, ਭਰਾਵਾ ਨਾ ਕਰਿਆ ਕਰੋ ਇੱਦਾਂ। ਅਜੇ ਮੈਂ 10 ਕੁ ਸਾਲ ਹੋਰ ਗਾਉਣਾ ਹੈ, ਅਤੇ ਜਦੋਂ ਮੈਂ ਚਲਾ ਵੀ ਗਿਆ ਕਿਤੇ, ਤਾਂ ਜੇ ਮੇਰੇ ਕਿਸੇ ਪਿਆਰ ਵਾਲੇ ਨੇ ਮਾੜੀ ਜਿਹੀ ਅੱਖ ਭਰ ਲਈ, ਤਾਂ ਮੈਂ ਅੱਲਾ ਪਾਕ ਨੂੰ ਕਹਿਣਾ ਮੈਨੂੰ 10 ਕੁ ਮਿੰਟ ਦੇ ਦੇ, ਥੋੜ੍ਹਾ ਜਿਹਾ ਗਾਣਾ ਸੁਣਾਇਆ ਵਾਂ। ਕੰਡੇ ਜਿੰਨੇ ਹੋਣ ਤਿੱਕੇ, ਫੁੱਲ ਕੋਨਾ ਹੁੰਦਾ ਸੋਹਣਾ, ਕੰਡੇ ਜਿੰਨੇ ਹੋਣ ਤਿੱਕੇ, ਕੰਡੇ ਜਿੰਨੇ ਹੋਣ ਤਿੱਕੇ, ਫੁੱਲ ਕੋਨਾ ਹੁੰਦਾ ਸੋਹਣਾ, ਕੰਡੇ ਜਿੰਨੇ ਹੋਣ ਤਿੱਕੇ, ਫੁੱਲ ਕੋਨਾ ਹੁੰਦਾ ਸੋਹਣਾ, ਸਾਡੇ ਆਪਣੇ ਨਹੀਂ ਹੋਏ, ਸਾਡੇ ਆਪਣੇ ਨਹੀਂ ਹੋਏ, ਤੇ ਪਰਾਇਆ ਕਿੱਥੋਂ ਹੋਣਾ, ਪਰਾਇਆ ਕਿੱਥੋਂ ਕੌਣਾ, ਕੰਡੇ ਜਿੰਨੇ ਹੋਣ ਤਿੱਕੇ,
फुल को ना हुंदा सोना कंडे जिन्ने गोने पिखे फुल को ना हुंदा सोना ओ रुत्ता वांगू सजना ने बदले ने रंग गए बदले ने रंग ओ रुत्ता वांगू सजना ने बदले ने रंग गए बदले ने रंग आदि नशियां दे हो गए सीने खा खा डंग गए खा खा डंग पल्ले रह गए साडे पल्ले रह गए आए साडे बस उमरां दा रोना पल्ले रह गए आए साडे बस उमरां दा रोना साडे अपने नी गोए साडे अपने नी गोए पराया कितों होना पराया कितों होना कंडे जिन्ने होण तिखे फुल को ना हुंदा सोना कंडे जिन्ने गुण तिखे फुल को ना हुंदा सोना ओ गम नी सानू कोई पसीए ना गिला ए ना गिला गम नी सानू कोई पसीए ना गिला ए ना गिला काले नू इस प्यार दे बदले की मिलिया की मिलिया निजामपुरिए ने रो रो निजामपुरिए ने रो रो फट खजुआ ना तौना निजामपुरिए ने रो रो फट खजुआ ना तौना सारे अपने नी गोए सारे अपने नी गोए पराया कितों होना पराया कितों होना कंडे जिन्ने होण तिखे फुल को ना हुंदा सोना कंडे जिन्ने होण तिखे फुल को ना हुंदा सोना कंडे जिन्ने होण फुल को ना हुंदा सोना कंडे जिन्ने होण तिखे फुल को ना हुंदा सोना कंडे जिन्ने होण तिखे फुल को ना हुंदा सोना कंडे जिन्ने होण तिखे फुल को ना हुंदा सोना बहुत शुक्रिया बहुत मेहरबानी मेरा ख्याल है इनकी हाजिरी कबूल करो।